ਕਦੀ ਕਦੀ ਸਾਡੇ ਕੋਲ ਸਵਾਲ ਪੁੱਛੇ ਜਾਂਦੇ ਨੇ ਕੁਝ ਪੈਨਪਰਵਾ ਵੱਲੋਂ ਕਿ ਕੀ ਜਿਹੜੇ ਸਵਾਲ ਨੇ ਉਹ ਐਸੀ ਜਿਹੜਾ ਸੀ ਕੁਇਜ਼ ਕਰਾਣੇ ਪੈਣਾ ਵਿੱਚੋਂ ਹੀ ਆਣਗੇ ਸੋ ਹਾਂਜੀ ਦੱਸ ਦਾਂ ਜਿਹੜਾ ਤੁਹਾਡਾ ਪੇਪਰ ਹੋਏਗਾ ਉਹ ਇੰਨਾ ਸਵਾਲਾਂ ਵਿੱਚੋਂ ਹੀ ਆਣਾ ਤੁਸੀਂ ਇਹਨਾਂ ਨੂੰ ਹੀ ਯਾਦ ਕਰਨਾ ਤੇ ਇਹਨਾਂ ਚੋਂ ਹੀ ਬੀਰੋਫਾਲਸ ਤੁਹਾਡੇ ਅੱਗੇ ਉੱਥੇ ਜਿਹੜਾ ਇਜਾਮੇ ਹੋਣਾ ਹੈ ਉਹਦੇ ਚ ਐਹੀ ਸ਼ੋ ਹੋਣੇ ਆ ਸੋ ਇਹਨੂੰ ਹੀ ਤਿਆਰ ਕਰਨਾ ਤੁਸੀਂ ਇਹਨੂੰ ਪ੍ਰੀਪੇਅਰ ਕਰਨਾ ਆਪਣਾ ਸੋ ਇੱਕ ਹੋਰ ਗੱਲ ਤਾਂ ਉਹਨੂੰ ਦੱਸਦਾ ਕਿ ਸੁਸਤੀ ਨਹੀਂ ਪਾਣੀ ਵੀਡੀਓ ਸੁਣਦੇ ਹੋਏ ਧਿਆਨ ਨਾਲ ਅੱਖਾਂ ਖੋਲ੍ਹ ਕੇ ਕੱਲੀ ਕੱਲੀ ਗੱਲ ਨੂੰ ਸੁੰਨਾ ਹੈ ਵੀ ਕਿੱਦਾਂ ਸਮਝਾਇਆ ਜਾ ਰਿਹਾ ਐ ਸੁਸਤੀ ਵਾਲ ਤੇ ਚਲੋ ਜੀ ਸ਼ੁਰੂ ਕਰਦੇ ਆਪਨੇ ਅੱਜ ਦੀ ਵੀਡੀਓ ਮੈਂ ਅਵਰੇਂਦਰ ਸਿੰਘ ਸਵਾਦ ਕਰਦਾ ਹਾਂ ਆਪ ਸਭ ਜੀ ਤੁਹਾਡੇ ਆਪਣੇ ਪੀਪੀਕੇ ਚੈਨਲ ਉੱਤੇ ਐਪਲੀਕੇਸ਼ਨ ਜਿਹੜੇ ਭੈਣ ਭਰਾ ਨੇ ਤੱਕ ਇੰਸਟਾਲ ਨਹੀਂ ਕੀਤੀ ਸਾਡੀ ਜਿਹੜੀ ਐਪਲੀਕੇਸ਼ਨ ਆਈ ਹੈ ਉਹਨੂੰ ਇੰਸਟਾਲ ਜ਼ਰੂਰ ਕਰ ਲਿਓ ਤੇ ਆਪਣੀ ਪੜ੍ਹਨ ਦੀ ਤਿਆਰੀ ਆਪ ਆਪਣੀ ਐਪਲੀਕੇਸ਼ਨ ਰਾਹੀਂ ਕਰੇ ਬੈਠੇ ਹੀ ਕਰਦੇ ਰਹਿਓ ਸੋ ਚਲੋ ਜੀ ਸ਼ੁਰੂ ਕਰਦੇ ਆ ਆਪਣੇ 65 ਨੰਬਰ ਹੋ ਗਿਆ ਸੀ ਤੇ ਦੱਸਦਾ ਕਿ 66 ਨੰਬਰ ਦਾ ਪੇਜ ਵੀ ਆਪਣਾ ਨਹੀਂ ਹੈਗਾ ਆਪਾਂ ਨੂੰ ਸਿੱਧਾ 67 ਨੰਬਰ ਪੇਜ ਤੋਂ ਸ਼ੁਰੂ ਕਰਨਾ ਪੈਣਾ ਕਿਉਂਕਿ ਕਾਫੀ ਸਵਾਲ ਐਸੇ ਹੁੰਦੇ ਨੇ ਜਿਹੜੇ ਇਜ਼ਾਮੇ ਨੂੰ ਅਪਗ੍ਰੇਡ ਕਰਨ ਦੇ ਦੌਰਾਨ ਕੁਝ ਤੇ ਜਿਹੜਾ 66 ਨੰਬਰ ਪੇਜ 'ਸੀ ਉਹ ਐਸੀ ਗੱਲ ਦਾ ਇੱਕ ਐਗਜ਼ਾਮਪਲ ਹੈ। ਸੋ 67 ਨੰਬਰ ਪੇਜ ਆ ਸ਼ੁਰੂ ਕਰਦੇ ਆ ਆਪਣੀ ਫ੍ਰੀ ਸੀਰੀਜ਼ ਪਤੰਤੀ ਚੀ ਇਨ ਪੰਜਾਬੀ। ਸੋ ਹੁਣ ਆਪਾਂ ਕਰਨ ਲੱਗੇ ਆ ਦੀ ਸ਼ੇਜ਼ਾ ਪੈਰੀਕੋਲੋਜ਼ਾ। ਮਤਲਬ ਕਿ ਖਤਰਨਾਕ ਉਤਰਾਈ। ਧਿਆਨ ਦਿਓ। 10% ਜਿਹੜਾ 10% ਛਪਿਆ ਹੋਇਆ ਇੱਥੇ ਜੇਕਰ ਉਹ ਉਤਰਦਾ ਪਿਆ ਆਪਾਂ ਇੱਕ ਤੋਂ ਵੇਖਾਂਗੇ 1 0% ਮਤਲਬ ਕਿ ਆ ਉਤਰਦਾ ਪਿਆ ਜੇਕਰ ਆ ਉਤਰਦਾ ਪਿਆ ਇਹਦਾ ਮਤਲਬ ਜਿਹੜੀ ਹੈ ਫੋਟੋ ਇਹ ਉਤਰਾਏ ਦੀ ਗੱਲ ਕਰਦਾ ਪਿਆ ਚੜ੍ਹਾਈ ਦੀ ਨਹੀਂ ਚੜ੍ਹਾਈ ਵਾਲੀ ਤੁਹਾਨੂੰ ਦਿਖਾ ਦਿੰਨਾ ਇਹ ਆਪਣੀ ਚੜ੍ਹਾਈ ਵਾਲੀ ਠੀਕ ਹੈ ਜੇ 10% ਚੜ੍ਹਦਾ ਪਿਆ ਇਹਦਾ ਮਤਲਬ ਕੀ ਹੈ ਚੜ੍ਹਾਈ ਵਾਲੀ ਦੀ ਨਿਸ਼ਾਨੀ ਹੈ ਸੋ ਚਲੋ ਜੀ ਆਪਣਾ ਸ਼ੁਰੂ ਕਰਦੇ ਆਂ ਪਹਿਲੇ ਸਵਾਲ ਤੋਂ in presenza del sennale raffigurato bisogna evitare l'uso prolungato dei freni per non surriscaldarli je te nishan lagga hove eh wala ਸੈਕਿੰਡ ਹਾਂਜੀ ਇਹ ਵਾਲਾ ਨਿਸ਼ਾਨ ਲੱਗਾ ਹੋਵੇ ਬਿਜੋਨੇ ਅਭਿਤਾਰੇ ਲੋੜੇ ਕਿ ਬਚੀਏ ਅਵੋਇਡ ਕਰੀਏ ਲੂਜ਼ੋ ਪ੍ਰੋਲੁੰਗਾਤੋ ਲੰਮੀ ਧੀਰ ਤੱਕ ਵਰਤਨਾ ਦੇਈ ਫਰੇਨੀ ਬ੍ਰੇਕਾਂ ਨੂੰ ਪਰਨੋਂ ਸੁਰ ਰਿਸਕਲਦਾਰਲੀ ਵੀ ਤਾਂ ਜੋ ਉਹ ਗਰਮ ਨਾ ਹੋ ਜਾਣ ਗਰਮ ਹੋਣ ਤੋਂ ਬਚਣ ਲਈ ਆਪਾਂ ਨੂੰ ਬ੍ਰੇਕਾਂ ਜ਼ਿਆਦਾ ਨਹੀਂ ਮਾਰਨੀਆਂ ਜ਼ਿਆਦਾ دیر ਤੱਕ ਬ੍ਰੇਕਾਂ ਨਹੀਂ ਮਾਰਨੀਆਂ ਲੰਮੀਆਂ ਬ੍ਰੇਕਾਂ ਨਹੀਂ ਮਾਰਨੀਆਂ ਠੀਕ ਹੈ ਉਤਰਾਈ ਹੈ ਮਤਲਬ ਕਿ ਗੱਡੀ ਆਪਣੇ ਆਪ ਰਿੜਦੀ ਹੋਏਗੀ ਇੱਥੇ ਸੋ ਆਪਾਂ ਕਾਵਾਂਗੇ ਵੀ ਚਲ ਥੋੜੀ ਥੋੜੀ ਬ੍ਰੇਕ ਮਾਰ ਲੈਣਾ ਇਦਾਂ ਨਹੀਂ ਕਰਨਾ ਠੀਕ ਹੈ ਜ਼ਿਆਦਾ دیر ਤੱਕ ਬ੍ਰੇਕ ਨਹੀਂ ਦਬਕੇ ਰੱਖਣੀ ਬ੍ਰੇਕਾਂ ਗਰ ਸੋ ਐ ਵੇਰੋ ਸੇ ਇਲ ਵੇਇਕੋਲੋ ਨੇ ਐ ਦੋਟਾਤੋ ਇਨ ਪ੍ਰੇਜ਼ੈਂਸਾ ਦਲ ਸਿਨੈਲਿ ਰਾ ਫਿਗੁਰਾਟੋ ਪੋ ਐਸਟਰੇ ਨੇਚੇਸਾਰੀਓ ਲੀਨਸੇਰਿਮੇਂਟੋ ਦਲ ਰਾਲੇਂਟਾਟੋ ਸੋ ਜਿੱਥੇ ਕਹਿੰਦਾ ਪਏ ਸੇ ਇਲ ਵੇਇਕੋਲੋ ਨੇ ਐ ਦੋਟਾਤੋ ਜੇਕਰ ਗੱਡੀ ਦੇ ਵਿੱਚ ਹੈ ਇਨ ਪ੍ਰੇਜ਼ੈਂਸਾ ਦਲ ਸਿਨੈਲਿ ਰਾ ਫਿਗੁਰਾਟੋ ਜਿਹੜੇ ਨਿਸ਼ਾਨ ਦੀ ਮੌਜੂਦਗੀ ਵਿੱਚ ਹੈ ਇਸ ਨਿਸ਼ਾਨ ਦੀ ਮੌਜੂਦਗੀ ਵਿੱਚ ਪੋ ਐਸਟਰੇ ਨੇਚੇਸਾਰੀਓ ਲੋੜ ਪੈ ਸਕਦੀ ਹੈ ਕਾਦੀ ਇਨਸੇਰਿਮੇਂਟੋ ਦਲ ਰਾਲੇਂਟਾਟੋ ਹੋਲੀ ਕਰਨ ਦੀ ਲੋੜ ਪੈ ਸਕਦੀ ਆਪਾਂ ਨੂੰ ਜੇਕਰ ਗੱਡੀ ਦੇ ਵਿੱਚ ਸਿਸਟਮ ਹੈਗਾ ਵੀ ਗੱ ਸੇ ਇਲ ਵਹੀਕਲੋ ਨੇ ਆਤੋ ਤਾਤੋ ਠੀਕ ਹੈ ਓਬਲੀਗੇਟੋਰੀ ਨਹੀਂ ਹੈਗਾ ਸਿਰਫ ਆਈ ਕਹਿੰਦਾ ਵੀ ਆਪਾਂ ਨੂੰ ਉਹਦੀ ਵਰਤੋਂ ਕਰਨੀ ਚਾਹੀਦੀ ਤਾਂ ਜੋ ਗੱਡੀ ਨੂੰ ਹੌਲੀ ਕੀਤਾ ਜਾ ਸਕੇ ਠੀਕ ਹੈ ਜੀ ਇਨਸੇਰੀਮੈਂਟੋ ਦ ਰਲੈਂਟਾਟੋਰੇ ਮਤਲਬ ਕਿ ਜਿਹੜੇ ਛੋਟੇ ਗੇਅਰ ਹੁੰਦੇ ਨੇ ਤਾਂ ਜੋ ਗੱਡੀ ਆਪਣੀ ਹੌਲੀ ਹੋ ਸਕੇ ਠੀਕ ਹੈ ਸੋ ਐਵੇਰੋ ਵੱਧਿਆ ਅਗਲੇ ਚ ਇਨ ਪ੍ਰੈਜ਼ੈਂਸ ਆਦਰ ਸਿਨੈਰੀ ਰਾ ਫਿਗੁਰਾ ਤੋ ਸੇ ਸੀ ਐ ਆ ਲਾਗੂ ਦਾ ਦੀ ਉਨਾ ਆਟੋ ਚ ਸਟਰਨਾ ਕਾਰਿਕਾ ਐ ਬੇਨੇ ਮੋਡਰਾਰੇ ਲਾ ਵੈਲੋਸਿਟਾ ਐ ਅਫਰੋਂਟਾਰੇ ਲਾ ਡਿਸੇਜ਼ਾ ਕੋਨ ਮੋਲਟੋ ਪ੍ਰੂਡੈਂਸਾ ਦਿਖਾਇਆ ਗਿਆ ਨਿਸ਼ਾਨ ਜੋ ਤੁਹਾਨੂੰ ਮਿਲੇਗਾ ਕਿਸੇ ਪਾਸੇ ਸੇਸੀ ਹੈ ਲਗੂਈ ਦਾ ਦਿਉਨ ਆਟੋ ਚਿਸਟਰਨਾਂ ਕਾਰਿਕਾ ਜੇਕਰ ਤੁਸੀਂ ਇੱਕ ਭਰਿਆ ਹੋਇਆ ਆਟੋ ਚਿਸਟਰਨ ਲੈ ਕੇ ਜਾਂਦੇ ਹੋ ਐਬੇ ਨੇ ਮੋਡੇਰਾਰੇ ਲਾ ਵੈਲੋਚਿਤਾ ਸਹੀ ਰਹੇਗਾ ਕਿ ਆਪ ਆਪਣੀ ਸਪੀਡ ਨੂੰ ਠੀਕ ਕਰੀ ਆਪਣੀ ਸਪੀਡ ਨੂੰ ਘਟਾਈਏ ਅਫਰੋਂਤਾਰੇ ਲਾ ਦੀਸ਼ੇਜ਼ਾ ਕੋਨ ਮੋਲਟੋ ਪ੍ਰੂਡੈਂਜ਼ਾ ਅਫਰੋਂਟਾਰੇ ਹੁੰਦਾ ਸਾਹਮਣਾ ਕਰਨਾ ਫੇਸ ਕਰਨਾ ਇਹਨੂੰ ਫੇਸ ਕਰਨਾ ਹੈ ਆਪਾਂ ਦੀਸ਼ੇਜ਼ਾ ਨੂੰ ਉਤਰਾਈ ਦੀਸ਼ੇਜ਼ਾ ਕੋਨ ਮੋਲਟੋ ਪ੍ਰੂਡੈਂਜ਼ਾ ਬਹੁਤ ਜ਼ਿਆਦਾ ਸਾਵਧਾਨੀ ਨਾਲ ਠੀਕ ਹੈ ਬਹੁਤ ਜ਼ਿਆਦਾ ਸਾਵਧਾਨੀ ਵਰਤ ਕੇ ਆਪਾਂ ਨੂੰ ਇਸ ਉਤਰਾਏ ਨੂੰ ਕੰਪਲੀਟ ਕਰਨਾ ਹੈ ਠੀਕ ਹੈ ਜੀ ਸੋ ਬੇਰੋ ਬਦਲਿਆਂਗੇ सेल व्हीकल ਨੇਯਾ ਦੋਤਾ ਤੋ ਇਨ ਪ੍ਰੇਜ਼ੈਂਸਾ ਦਲ ਸੇ ਨਿਆਲੇ ਰਿਫਿਗੁਰਾਟੋ ਪੋ ਐਸਰੇ ਨੇਸਸਾਰੀਓ ਇਲ ਦਿਸ ਇਨਸੇਰਿਮੇਂਟੋ ਦਲ ਸਿਸਟੇਮਾ এবੀਐਸ এবੀਐਸ ਦਾ ਮਤਲਬ ਕੀ ਹੁੰਦਾ এবੀਐਸ ਦਾ ਮਤਲਬ ਹੁੰਦਾ ਐਂਟੀ ਲੋਕ ਬ੍ਰੇਕਿੰਗ ਸਿਸਟਮ ਸੋ ਐ ਸਿਸਟਮ ਕੀ ਕਰਦਾ ਜਦੋਂ ਆਪਾਂ ਇਕੋਦਮ ਸ਼ਾਰਪ ਮੋਡ ਲੈਨੇ ਆ ਕੁਛ ਵੀ ਤੇਜ਼ੀ ਨਾ ਕਰਨੇ ਆ ਤੇ ਆਪਣੀ ਬ੍ਰੇਕਾਂ ਨੂੰ ਸਾਂਭਦਾ ਆਪਣੇ ਆਪ ਹੀ ਆਟੋਮੈਟਿਕਲੀ ਕਰਦਾ ਜੋ ਕੁਝ ਕਰਦਾ ਸੋ ਇਥੇ ਕਹਿੰਦਾ ਪਿਆ ਦਿਸ ਸੈਂਸਰੀ ਮੈਂਟੋ ਵੀ ਆਪਾਂ ਉਹਨੂੰ ਨਹੀਂ ਪਾਣਾ ਡੀਐਕਟੀਵੇਟ ਕਰ ਦੇਣਾ ਏਬੀਐਸ ਸਿਸਟਮ ਨੂੰ ਫਾਲਸੋ ਏਬੀਐਸ ਨੂੰ ਆਪਾਂ ਰੀਐਕਟੀਵੇਟ ਕਰਨ ਦੇ ਲੋਡ ਨਹੀਂ ਹੈਗੀ ਆਪਾਂ ਨੂੰ ਸਿਰਫ ਰਲੈਂਤਾ ਤੋਰੇ ਵਿੱਚ ਜਾਣਾ ਹੈ ਰਲੈਂਤਾ ਤੋਰੇ ਇਨਸੇਰੀਮੈਂਟੋ ਕਰਨਾ ਨਾ ਕਿ ਦਿਸ ਇਨਸੇਰੀਮੈਂਟੋ ਇਨਸੇਰੀਮੈਂਟੋ ਹੁੰਦਾ ਪਾਣਾ ਤੇ ਇਨ ਦਿਸ ਇਨਸੇਰੀਮੈਂਟੋ ਹੁੰਦਾ ਵੀ ਕੱਢ ਦੇਣਾ ਜਿਵੇਂ ਗੀਅਰ ਵਗੈਰਾ ਪਾਤੇ ਇਨਸੇਰੀਮੈਂਟੋ ਕਰਤਾ ਕੋਈ ਡਿਸਕ ਪਾਤੀ ਕੁਝ ਕਰਤਾ ਠੀਕ ਹੈ ਹੁੰਦਾ ਇਨਸੇਰੀਮੈਂਟੋ ਠੀਕ ਹੈ ਜੀ ਸੋ ਐਸ ਦ In presenza del segnale raffigurato, se si è alla guida di un'autocisterna scarica e la pendenza è elevata, prima di affrontare la discesa, è bene riempire la cisterna con acqua fino a metà, serbatoio, per stabilizzare il veicolo. Che Se si alla guida di un'autocisterna, se si è alla di un'autocisterna, se si è di un'autocisterna, se si di un'autocisterna, si è se è alla un'autocisterna, si e si ਚੜਾਈ ਆ ਜਾਂ ਉਤਰਾਈ ਆ ਆਪਾਂ ਕਹਿ ਸਕਦੇ ਪਿੰਦਿੰਸਾ ਲਿਖਿਆ ਇੱਥੇ ਗੱਲਾਂ ਪ੍ਰਿਮਾ ਦੀ ਫਰੋਂਟਾਰੇ ਲਾ ਦੀਚੇਸਾ ਫੇਸ ਕਰਨ ਤੋਂ ਪਹਿਲਾਂ ਦੀ ਛੇਜ਼ਾਂ ਨੂੰ ਐਬੇ ਨੇ ਸਹੀ ਰਹੇਗਾ ਰੀਐਮਪੀਰੇ ਪਰਨਾ ਚਿਸਤਿਆਰਨਾ ਚਿਸਤਿਆਰਨਾ ਨੂੰ ਭਰ ਲੈਣਾ ਚਾਹੀਦਾ ਕੋਨਾਕਵਾ ਪਾਣੀ ਨਾਲ ਫਿਨਵਾ ਮੇਤਾ ਅੱਧੇ ਤੱਕ ਸਿਰਬਤੋਏ ਟੈਂਕੀ ਪੈਰ ਸਟੈਬਿਲੀਜ਼ਾਰੇ ਇਲ ਵੇਇਕੋ ਗੱਡੀ ਨੂੰ ਸਟੇਬਲ ਕਰਨ ਲਈ ਆਪਾਂ ਨੂੰ ਉਹ ਤੋਂ ਚਿਸਤਿਆਰਨਾ ਨੂੰ ਅੱਧਾ ਭਰ ਲੈਣਾ ਚਾਹੀਦਾ ਤਾਂ ਜੋ ਆਪਾਂ ਆਰਾਮ ਨਾਲ ਇਸ ਜਿਹੜੀ ਜਿਹੜੀ ਉਤਰਾਈਏ ਉਹਨੂੰ ਫੇਸ ਕਰ ਸਕੀਏ ਠੀਕ ਹੈ ਜੀ ਸੋ ਆਫ ਆਲਸੋ ਇਦਾਂ ਕਰਨ ਦੀ ਲੋੜ ਨਹੀਂ ਹੈਗੀ ਸਿੱਧੇ ਵੇਰ ਲੈਂtare ਉਸਾਂਦੋ ਕੰਟੀਨੂਟਾਮੈਂਟੇ ਫ੍ਰੇਨੀ ਪਰ ਨੋਨ ਦਾਨੇਜਾਰੇ ਇਲ ਕੈਂਪੀਓ ਦੀ ਵੇਲੋਚਿਤਾ ਕਹਿੰਦਾ ਵਰਤਣੀ ਚਾਹੀਦੀ ਹੈ ਕੰਟੀਨੂਟਾਮੈਂਟੇ ਲਗਾਟਾਰ ਵਰਤਣੀ ਚਾਹੀਦੀ ਕਿ ਨੋ ਬ੍ਰੇਕਾਂ ਨੂੰ ਬਹੁਤ ਜ਼ਿਆਦਾ ਮਾਰੋ ਪਰ ਨੋਨ ਦਾਨੇਜਾਰੇ ਤਾਂ ਜੋ ਨੁਕਸਾਨ ਨਾ ਹੋਵੇ ਕਾਂਬੀਓ ਦੀ ਵੇਲੋਚਿਤਾ ਨੂੰ ਠੀਕ ਹੈ ਜੀ ਗੇਅਰ ਬਾਕਸ ਨੂੰ ਨੁਕਸਾਨ ਨਾ ਹੋਵੇ ਇਸ ਕਰਕੇ ਆਪਾਂ ਨੂੰ ਜਿਆਦਾ ਤੋਂ ਜਿਆਦਾ ਬ੍ਰੇਕਾਂ ਮਾਰੀ ਚਾਹੀਦੀਆਂ ਨੇ ਫਾਲਸੋ ਇਦਾਂ ਨਹੀਂ ਕਰਨਾ ਆਪਾਂ ਬ੍ਰੇਕਾਂ ਮਾਰਾਂਗੇ ਤੇ ਉਹ ਗਰਮ ਹੋ ਜਾਣਗੇ ਤੇ ਗਰਮ ਹੋਣ ਕਰਕੇ ਜ਼ਿਆਦਾ ਘਸਣਗੇ ਸੋ ਜੀ ਸਟਾਰਟ ਕੰਪਲੀਟ ਬਦਦੇ ਅੱਗੇ ਸੋ ਜ ਉਹਨੇ ਸਾਲੀਤਾ ਰਾਪਿਦਾ ਹੈ ਠੀਕ ਹੈ ਜੀ ਤੇਜ਼ ਚੜਾਈ ਸੋ ਇਹਦੇ ਦੇਖ ਲੈਨੇ ਆ ਪਹਿਲਾ ਸਵਾਲ ਪਹਿਲਾ ਉਤਰਾਏ ਕਿਤੀ ਤੋਂ ਚੜਾਈ ਕਰਨ ਲੱਗੇ ਆ ਇਨ ਪ੍ਰੇਜ਼ੈਂਸ ਦਾ ਦਲਸੀ ਨੇ ਵਾਲੇ ਰਾਫਿਗੁਰਾ ਤੋ ਸੇ ਸਿਆ ਲਾਗੁਈ ਦਾ ਦਿਉਨੋ ਟੋ ਚਿਸਟਰਨਾ ਕਾਰੀਕਾ ਐ ਬੇਨੇ ਮੋਡਿਰਾਰੇ ਲਾ ਵੇਲੋਚਿਤਾ ਐ ਐਫਰੋਂਟਾਰੇ ਲਾ ਸਾਲੀਤਾ ਕੋਨ ਮੋਲਤੋ ਪ੍ਰੂਡੈਂਜ਼ਾ ਸੋ ਜਿੰਨੇ ਕਿ ਅੰਦਾ ਪੈ ਜਿੱਥੇ ਸਿਨਿਆਲੇ ਮੌਜੂਦ ਹੋਵੇ ਚੜਾਈ ਵਾਲਾ ਇਹ ਹੈ ਧਿਆਨ ਰੱਖਿਓ ਜੇਕਰ ਤੁਸੀਂ ਕਹੋ ਟੋ ਚਿਸਤੇ ਨਾ ਚਲਾਂਦੇ ਜਿਹੜਾ ਕਿ ਭਰਿਆ ਹੋਇਆ ਹੈ ਬੇਨੇ ਮੋਡਰਾਰੇ ਸਹੀ ਰਹੇਗਾ ਵੀ ਸਪੀਡ ਨੂੰ ਆਪਾ ਸੈਟ ਕਰੀਏ ਤੇ ਫੇਸ ਕਰ ਸਲਿਤਾ ਨੂੰ ਕੋਨ ਮੋਲਟੋ ਪ੍ਰੂਡੈਂਸਾ ਬੋਸ ਦਾ ਲਸਾਬਦਨ ਨਾ ਠੀਕ ਹੈ ਜੀ ਸੋ ਵੇਰ ਹੋ ਗਿਆ ਉਧਰ ਵੀ ਸੇਮ ਸੀ ਜਿਹੜਾ ਉਤਰਾਈ ਵਾਲਾ ਸੀ ਉਧਰ ਵੀ ਆਈ ਇੱਕ ਸਵਾਲ ਸੀ ਤੇ ਇੱਥੇ ਵੀ ਆਈ ਆ ਬਸ ਇੱਥੇ ਇਹਨਾਂ ਨੇ ਆ ਬਦਲ ਦਿੱਤਾ ਵੀ ਕੀ ਆ ਆਪਣਾ ਸਲਿਤਾ ਥੱਜ ਦੀ ਸ਼ੇਜਾ ਸਿਰਫ ਇਹ ਬਦਲ ਦਿੱਤਾ ਬਾਕੀ ਸਾਰਾ ਸਵਾਲ ਸੇਮ ਆ ਮੋਲਟੋ ਪ੍ਰੂਡੈਂਸਾ ਬਹੁਤ ਜ਼ਿਆਦਾ ਸਾਵਧਾਨੀ ਨਾਲ ਠੀਕ ਹੈ ਸੋ ਵੇਰੋ ਸੇ ਸੀ ਅ ਲਗੁਇਦਾ ਦੀ ਉਨ ਆਉਟੋ ਚਿਸਟਰਨਾਸ ਕਾਰੀਕਾ ਐ ਲਾ ਪਿੰਡੈਂਸਾ ਐ ਐਲਿਵਾਤਾ ਪ੍ਰੀਮਾ ਦੀ ਅਫਰੋਂਟਾਰੇ ਲਾ ਸਲਿਤਾ ebbene riempire la cisterna con l'acqua fino a metà serbatoio per stabilizzare il veicolo theek hai ji ho gaya false kyunki apa piche hone pad ke hate hain ki aidan nahi karna eh false hoye pani parandi koi load nahi hai gi kithe pani labde firange sadak te ja ke haan so automatically false hi ho gaya abhi 69 complete 70 so chalo ye shuru karte hain apna 70 number page te itthe likhya bangkina pericolosa khatarnak bangkina ਸੋ ਐ ਜੇਕਰ ਤੁਸੀਂ ਇੰਿਸ਼ਾਨੇ ਵਾਲੇ ਵੇਖੋਗੇ ਤੇ ਤੁਹਾਨੂੰ ਸਾਫਤ ਲੱਗਦਾ ਪਿਆ ਕਿ ਇਹ ਆਫ ਰੋਡ ਆ ਬੰਕੀਨਾਂ ਨੂੰ ਐਸੇ ਆਫ ਰੋਡ ਗਿਆ ਜਾਂਦਾ ਵੀ ਰੋਡ ਤੋਂ ਬਿਲਕੁਲ ਹਟ ਕੇ ਰੋਡ ਤੋਂ ਬਾਹਰ ਤੇ ਪੈਰੀਕਲੋਜ਼ਾ ਕਿਦਾਂ ਹੋਏਗਾ ਪੈਰੀਕਲੋਜ਼ਾ ਹੋਏਗਾ ਕਿਉਂਕਿ ਸਾਈਡ ਵਿੱਚ ਨਾ ਬੰਕੀਨਾਂ ਦੇ ਸਾਈਡ ਵਿੱਚ ਕੋਈ ਖਾਲ ਵਗੈਰਾ ਜਾਂ ਕੁਝ ਨਿੱਕੀ ਜੀ ਮਤਲਬ ਕਈ ਢਲਾਨ ਜ਼ਿਆਦਾ ਹੋਏਗੀ ਜਾਂ ਉੱਤੇ ਕੱਚਾ ਬਾਲਾ ਹੋਏਗਾ ਕੁਝ ਨਾ ਕੁਝ ਉੱਥੇ ਹੋਏਗਾ ਐਸਾ ਵੈਸਾ ਜਸ ਕਰਕੇ ਖਤਰਨਾਕ ਬੰਦਾ ਪਿਆ ਸੋ ਐਸ ਨਿਸ਼ਾਨ ਦੀ ਆਪਾਂ ਗੱਲ ਕਰਾਂਗੇ ਹੁਣ ਦੱਤੇ ਆ ਪਹਿਲੇ ਸਵਾਲ ਤੇ ਪਤਿੰਨ ਤੇ ਵੀ ਵੈਸੇ ਸਾਰਿਆਂ ਨੇ ਕੀਤਾ ਹੀ ਸਾਰ Il conducente deve prestare attenzione a non avvicinarsi troppo alla banchina perché, essendo alla guida di un veicolo molto pesante, la banchina potrebbe cedere. Sì, ti chiedo per te: kandapa, hovega, è valla, valla. il caso di fare banchina. Il conducente driver deve prestare attenzione a non avvicinarsi troppo alla banchina. ਜਿਹੜਾ ਬੰਕੀਨਾ ਉਹਦੇ ਜਿਆਦਾ ਨੇੜੇ ਨਹੀਂ ਜਾਣਾ ਇੱਥੇ ਇਸ ਚੀਜ਼ ਦੇ ਜਿਆਦਾ ਨੇੜੇ ਨਹੀਂ ਜਾਣਾ ਪਰ ਕਿਉਂਕਿ ਇਸੇੰਦੋਂ ਅਲੱਗੋ ਹੀ ਦਾ ਜਿਉਂ ਵਹੀਕਲੋ ਇੱਕ ਗੱਡੀ ਚਲਾਉਂਦੇ ਹੋਏ ਮੋਲ ਤੋਂ ਪੇ ਜਾਂਦੇ ਜਿਹੜੀ ਬਹੁਤ ਜ਼ਿਆਦਾ ਭਾਰੀ ਹੈ ਲਬੰਕੀਨਾ ਪੁੱਤਰੇ ਬੇਚੇਦਰੇ ਮਤਲਬ ਕਿ ਜਿਹੜਾ ਬੰਕੀਨਾ ਹੈ ਉਹ ਆਪਣੀ ਪਕੜ ਇੱਕ ਤਰ੍ਹਾਂ ਦੀ ਛੱਡ ਸਕਦਾ ਹੈ ਮਤਲਬ ਕੀ ਹੋਏਗਾ ਜੇਕਰ ਗੱਡੀ ਜਾਂਦੇ ਹੋਏ ਜੇਕਰ ਆਪਾਂ ਬੰਕੀਨਾ ਵੱਲ ਹੋ ਜਾਾਂਗੇ ਤੇ ਗੱਡੀ ਭਾਰੀ ਹੋਏਗੀ ਤੇ ਗੱਡੀ ਉਸ ਪਾਸੇ ਨੂੰ ਜਾ ਸਕਦੀ ਜ਼ਿਆਦਾ ਠੀਕ ਹੈ ਸੋ ਇਸ ਕਰਕੇ ਉਧਰ ਨੂੰ ਨਹੀਂ ਜਾਣਾ ਆਪਾਂ ਜਿਆਦਾ ਨੇੜੇ ਨਹੀਂ ਜਾਣਾ ਸੋ ਐਵੇਰੋ Il conducente deve prestare attenzione a non avvicinarsi troppo alla banchina perché essendo alla guida di un veicolo con baricentro alto potrebbe rischiare di ribaltarsi. So ji hun eswanu thoda dhyan na samjho. Is tak sara same aa. Weekend ik viwas apna dhyan rakho te zyada nede nahi jana jadon banki na edda da hove. Essendo alla guida di un veicolo e k gaddi chalande hoye kon baricentro alto baricentro enderver main tannu dasda ki hunda. ਤਨ ਫੋਟੋ ਰਾਈ ਸਮਝਾਣਾ ਸੋ ਜਿਹੜਾ ਬਾਰੀ ਚੈਂਟਰੋ ਦੇਖ ਲੋ ਬਾਰੀ ਚੈਂਟਰੋ ਇਸ ਤਰੀਕੇ ਨਾਲ ਕੰਮ ਕਰਦਾ ਇੱਥੇ ਦੇਖੋ ਜੇਕਰ 8 ਟਨ ਦਾ weight ਸਾਰਾ ਆਪਾਂ ਗੱਡੀ ਦੇ ਬਿਲਕੁਲ ਡਾਲੇ ਦੇ ਬਿਲਕੁਲ ਸਟਾਰਟਿੰਗ ਤੇ ਲਗਾ ਦਾਂਗੇ ਤੇ ਜਿਹੜਾ ਮਨਾ ਬਾਰੀ ਚੈਂਟਰੋ ਕਿਸੇ ਤਰੀਕੇ ਨਾਲ ਵੀ ਕੰਮ ਨਹੀਂ ਕਰੇਗਾ ਬਾਰੀ ਚੈਂਟਰੋ ਮਨਾ ਕੰਮ ਕਰੇਗਾ ਬਿਲਕੁਲ ਸੈਂਟਰ ਵਿੱਚ ਠੀਕ ਹੈ ਜੇਕਰ ਆਪਾਂ ਸ ਲੋਡ ਨੂੰ ਆਪਾਂ ਇੱਥੇ ਰੱਖਾਂਗੇ ਤਾਂ ਆਪਣਾ ਬਾਰੀ ਚੈਂਟਰੋ ਜ਼ਿਆਦਾ ਕੰਮ ਕਰੇਗਾ ਜ਼ਿਆਦਾ ਸਹੀ ਤਰੀਕੇ ਨਾਲ ਹੋਏਗਾ ਹੁਣ ਇੱਥੇ ਦੇਖੋ ਇੱਥੇ ਸਾਰੀ ਜਗ੍ਹਾ ਛੱਡੀ ਹੋਈ ਹੈ ਤੇ ਇੱਥੇ weight ਜਿਹੜਾ ਉਹਨੇ ਇੱਥੇ ਰੱਖਤਾ ਹੁਣ ਜੇਕਰ ਉਹ ਜ਼ਿਆਦਾ ਅੱਗੇ ਹੋਵੇ ਤੇ ਜ਼ਿਆਦਾ ਅੱਗੇ ਨੂੰ ਗੱਡੀ ਨਾ ਢੋਲੇ ਤੇ ਜੇ ਲੋਡ ਬਿਲਕੁਲ ਪਿੱਛੇ ਨੂੰ ਹੋਵੇ ਤੇ ਗੱਡੀ ਜ਼ਿਆਦਾ ਪਿੱਛੇ ਨੂੰ ਨਾ ਢੋਲੇ ਜੇ ਸਾਈਡ 'ਚ ਤੇ ਸਾਈਡ ਨੂੰ ਨਾ ਢੋਲੇ ਮਤਲਬ ਕਿ ਇੱਕ ਐਸਾ ਪੁਆਇੰਟ ਜਿੱਥੋਂ ਗੱਡੀ ਬਿਲਕੁਲ ਸਟੇਬਲ ਹੋ ਕੇ ਚੱਲੇ ਐਸੇ ਪੁਆਇੰਟ ਨੂੰ ਕਹਿੰਦੇ ਨੇ ਬਾਰੀਚੈਂਤਰੋ ਇੱਕ ਐ ਫੋਟੋ ਦੇਖ ਲਓ ਠੀਕ ਹੈ ਜੀ ਜੇ ਬਿਲਕੁਲ ਇੱਧਰ ਰੱਖ ਦਾਂਗੇ ਤੇ ਗੱਡੀ ਸਾਰੀ ਇੱਧਰ ਇੱਧਰ ਨੂੰ ਢੁੜੇਗੀ ਜੇ ਇੱਧਰ ਰੱਖ ਦਾਂਗੇ ਤੇ ਇੱਧਰ ਨੂੰ ਢੁੜੇਗੀ ਪਰ ਬਿਲਕੁਲ ਸੈਂਟਰ 'ਚ ਰੱਖ ਦਾਂਗੇ ਤੇ ਲੋਡ ਆਪਣਾ ਬਿਲਕੁਲ ਬਰਾਬਰ ਹੋ ਕੇ ਚੱਲੇਗਾ ਸ ਬੰਕੀਨਾ ਦੇ ਤੇ ਆਪਾਂ ਨੂੰ ਬਾਰੀ ਚੈਂਤਰੋ ਦੀ ਵਜਾ ਨਾਲ ਆਪਣਾ ਜਿਹੜਾ ਗੱਡੀ ਨੇ ਪਲਟਣ ਦਾ ਡਰ ਹੋ ਸਕਦਾ ਸੌਰੀ ਜ਼ੂਮ ਆਫ ਕਰਤਾ ਓਕੇ ਸੋ ਅਵੇਰੋਸੀ ਜੀ ਵੱਧਿਆ ਅੱਗੇ ਸੋ ਜੇ ਅਗਲਾ ਸਵਾਲ ਇਲ ਕੋਂਡੂਚੈਂਤੇ ਦੇਵੇ ਪ੍ਰੇਸਟਾਰੇ ਪਾਰਟੀਕੁਲਾਰੇ ਅਟੈਂਸਿਓਨੇ ਆ ਨੌਨ ਸਕਗਿਆਰੇ ਇ ਪੇਟ੍ਰਿਸਕੋ ਪ੍ਰੈਜ਼ੈਂਤੇ ਸੁੱਲਾ ਕਰੇ ਜਾਤਾ ਕੋਂਟਰੋ ਇ ਪੇਦੋਨੀ ਸੋ ਜੀ ਇਸ ਸਵਾਲ ਜਿਹਗਾ ਤਾਂ ਆਪੇ ਡਰਾਈਵਰ ਦੇਵੇ ਪ੍ਰੇਸਟਾਰੇ ਪਾਰਟੀਕੁਲਾਰੀ ਅਟੈਂਸ਼ਨ ਬਿਓਨਟ ਕਾਸਟਰ ਤੇ ਨੂੰ ਧਿਆਨ ਦੇਣਾ ਪੈਣਾ ਨੋਨ ਸਕਲਿਆਰੇ ਇਲਪੀਅਤਰੀਸ ਕੋ ਇਹਦਾ ਟੋਟਰ ਮਤਲਬ ਸਮਝਾਉਣਾ ਪੈਣਾ ਸੋ ਇਹਦਾ ਕਹਿੰਦਾ ਪਿਆ ਇਤਰੀਸ ਕੋ ਹੁੰਦਾ ਪੱਥਰ ਪੱਥਰ ਜਿਹੜੇ ਸੜਕ ਤੇ ਪਏ ਹੁੰਦੇ ਨੇ ਠੀਕ ਹੈ ਜੇਕਰ ਆਪਣੀ ਗੱਡੀ ਦਾ ਟਾਇਰ ਉਸ ਪੱਥਰ ਉੱਤੇ ਚੜ ਜਾਏ ਤੇ ਕੀ ਹੋਏਗਾ ਉਹ ਤੇਜ਼ ਰਫਤਾਰ ਨਾਲ ਗੋਲੀ ਵਾਂਗੂ ਨਿਕਲੇਗਾ ਠੀਕ ਹੈ ਜੀ ਸੋ ਉਹ ਕਹਿੰਦਾ ਪਿਆ ਵੀ ਆਪਾਂ ਨੂੰ ਖਾਸ ਧਿਆਨ ਦੇਣਾ ਪੈਣਾ ਵੀ ਆਪਣੇ ਟਾਇਰਾਂ ਥੱਲੇ ਕੋਈ ਐਸਾ ਪੱਥਰ ਨਾ ਆਵੇ ਜਿਹੜਾ ਵਗਾ ਕੇ ਵੱਜੇ ਕਿਦੇ ਪ੍ਰੇਜ਼ੈਂਟ ਇਸੁੱਲਾ ਕਰੇ ਜਾਤਾ ਕੁੰਤਰੀ ਪੇਦੋਨੀ ਜਿਹੜੇ ਪੈਦਲ ਚਲਦੇ ਪਏ ਨੇ ਕਰੇ ਜਾਤਾ ਉੱਤੇ ਉਹਨਾਂ ਦੇ ਜਾ ਕੇ ਨਾ ਵੱਜੇ ਇਦਾਂ ਦਾ ਪੱਥਰ ਠੀਕ ਹੈ ਜੀ ਸੋ ਫਾਲਸੋ ਐ ਵਾਲਾ ਨਿਸ਼ਾਨ ਆਪਾਂ ਨੂੰ ਇਦਾਂ ਨਹੀਂ ਕਹਿੰਦਾ ਐ ਵਾਲਾ ਨਿਸ਼ਾਨ ਆਪਾਂ ਸਿਰਫ ਬੰਕੀ ਨਾਂ ਵਾਲੇ ਦੱਸਦਾ ਤੇ ਜਿਹੜਾ ਪੱਥਰ ਵਾਲਾ ਸਹੀ ਨਿਸ਼ਾਨ ਹੁੰਦਾ ਵੀ ਪੱਥਰ ਨਾ ਥਰੋ ਹੋਵੇ ਕਿਸੇ ਦੇ ਨਾਲ ਲੱਗੇ ਉਹ ਹੋਰ ਹੁੰਦਾ ਠੀਕ ਹੈ ਉਹਦੇ ਇਦਾਂ ਗੋਲੀਆਂ ਜਿਹੀਆਂ ਬਣੀਆਂ ਹੁੰਦੀਆਂ ਨੇ ਪੱਥਰ ਵਾਲੀਆਂ ਠੀਕ ਹੈ ਜੀ ਸੋ ਐ ਵਾਲਾ ਨਿਸ਼ਾਨ ਨਹੀਂ ਹੈਗਾ ਸੋ ਇਹ 70 70 ਕੰਪਲੀਟ ਆਪਣਾ 71 ਨੰਬਰ ਪੇਜ ਆ ਸੋ ਇਹਦੇ ਬਾਰੇ ਮੈਂ ਤੁਹਾਨੂੰ ਦੱਸਾਂਗਾ ਇੱਕ ਲਿੰਕ ਮੈਂ ਹੁਣੇ ਆਈ ਬਟਨ ਦੇ ਉੱਤੇ ਦੇਣਾ ਪਿਆ ਕਿਉਂਕਿ ਇਦਾਂ ਦੇ ਜਿਹੜੇ ਨਿਸ਼ਾਨ ਨੇ ਬਹੁਤ ਭੈਣਪਰਾ ਕੰਫਿਊਜ਼ਨ ਹੁੰਦੇ ਨੇ ਨਾ ਵਿੱਚ ਇਹ ਵਾਲਾ ਤੇ ਇੱਕ ਇਹ ਵਾਲਾ ਠੀਕ ਹੈ ਜੀ ਇਹਨਾਂ ਦੋਨਾਂ ਵਿੱਚ ਬਹੁਤ ਕੰਫਿਊਜ਼ਨ ਹੁੰਦੀ ਹੈ ਫਿਲਹਾਲ ਤੇ ਦੇ ਵਿੱਚ ਸਿਰਫ ਚਾਰ ਸਵਾਲ ਹੀ ਨੇ ਪਰ ਜੇਕਰ ਕੋਈ ਭੈਣਪਰਾ ਇਹਦੇ ਡਿਟੇਲ ਵਿੱਚ ਸੋਣਾ ਚਾਹੁੰਦਾ ਵੀ ਕੀ ਸਾਫਤਾ ਵੀ ਕਿਦਾਂ ਕੰਮ ਕਰਦੇ ਨੇ ਇਹ ਨਿਸ਼ਾਨ ਤੇ ਉਹਦੇ ਲਈ ਅਸੀਂ ਇੱਕ ਵੀਡੀਓ ਬਣਾਈ ਹੋਈ ਹੈ ਉੱਤੇ ਆਈ ਬਟਨ ਤੇ ਦੇਖ ਸਕਦੇ ਹੋ ਸੱਜੇ ਵੱਟ ਸੱਜੇ ਪਾਸੇ ਆਈ ਬਟਨ ਆ ਰਿਹਾ ਉਹਦੇ ਤੇ ਕਲਿੱਕ ਕਰਕੇ ਤੁਸੀਂ ਡਾਇਰੈਕਟ ਇਹਨਾਂ ਦੀ ਡਿਟੇਲ ਸੋ ਜੀ ਦਾਰੇ ਪਰਚੇਦਨ ਸਨੈਸ ਸਿਉ ਹੁਣੀ ਚੀ ਅਲਟਰਨੇਟਿਵ ਠੀਕ ਹੈ ਐਵਾਂ ਨਿਸ਼ਾਨਾ ਦਾਰੇ ਪਰਚੇਦਨ ਸਦਾ ਥੋੜੀ ਡਿਟੇਲ ਦੱਸ ਦੇਣਾ ਤੁਹਾਨੂੰ ਫਿਰ ਵੀ ਐਵਾਂ ਨਿਸ਼ਾਨ ਜਦੋਂ ਦੱਸਦਾ ਵੀ ਤੁਹਾਡੇ ਵਾਲੇ ਪਾਸੇ ਜਦੋਂ ਲਾਲ ਰੰਗ ਦਾ ਤੀਰ ਜਿਸ ਪਾਸੇ ਵੀ ਲਾਲਾ ਰੰਗ ਵਾਲਾ ਤੀਰ ਹੋਏਗਾ ਤੁਹਾਡੇ ਵਾਲੇ ਪਾਸੇ ਲਾਲ ਰੰਗ ਤੀਰ ਤੇ ਦੂਸਰੇ ਪਾਸੇ ਲਾਲ ਰੰਗ ਵਾਲਾ ਤੀਰ ਜੇ ਇੱਕ ਜਿਸ ਬੰਦੇ ਵਾਲੇ ਪਾਸੇ ਵੀ ਤੀਰ ਲਾਲ ਰੰਗ ਵਾਲਾ ਤੀਰ ਹੋਏਗਾ ਉਹਨੂੰ ਪੈਲ ਦੇਣੀ ਪੈਣੀ ਹੈ ਠੀਕ ਹੈ ਉਹਦੇ ਉਹਦੇ ਰਸਤੇ 'ਚ ਰੁਕਾਵਟ ਹੈ ਤੇ ਉਹਨੇ ਪੈਲ ਦੇਣੀ ਹੈ ਅਗਲੇ ਬੰਦੇ ਨੂੰ ਜਿਹੜੇ ਸਾਹਮਣੇ ਹਿ ਜਾਣ ਦੇ ਠੀਕ ਹੈ ਸੋ ਕਿ ਐਸੇਂਡੋ ਅਲਾ ਗੁਈਦਾ ਦੀ ਉਨ ਵੇਈਕੋਲੋ ਇਨ ਗੋਮਬ੍ਰਾਂਤੇ ਦੋਬਰਾ ਐਵਿਟਾਰੇ ਦੀ ਇਨਕ੍ਰੋਚੀਆਰਸੀ ਕੋਨ ਆਲਤਰੀ ਵੇਈਕੋਲੀ ਅਲ ਇਨਟਰਨੋ ਡੈਲਾ ਸਟ੍ਰੈਟੋਆ ਸੋ ਇਤੇ ਕੈਂਡੋ ਪਰ ਡ੍ਰਾਈਵਰ ਦੇਵੇ ਰਿਕੁਰਦਾਸੇ ਨੂੰ ਯਾਦ ਰੱਖਣਾ ਚਾਹੀਦਾ ਐਸੇਂਡੋ ਅਲਾ ਗੁਈਦਾ ਉਨ ਵੇਈਕੋਲੋ ਇੱਕ ਗੱਡੀ ਚਲਾਉਂਦੇ ਹੋਏ ਇਨ ਗੋਮਬ੍ਰਾਂਤੇ ਮਤਲਬ ਕਿ ਫੈਲੀ ਹੋਈ ਇੱਕ ਗੱਡੀ ਆ ਠੀਕ ਹੈ ਮਤਲਬ ਚੋੜੀ ਗੱਡੀ ਆ ਦੋਵਾਂ ਐਵਿਟਾਰੇ ਬਚਣਾ ਚਾਹੀਦਾ ਕੀ ਕਰਨ ਤੋਂ ਦੀ ਇਨਕ੍ਰੋਚਾਰਸੀ ਕਨ ਆਲਤਰੀ ਵੇਕੁਲੀ ਹੋਰ ਗੱਡੀਆਂ ਨੂੰ ਮਿਲਦੇ ਹੋਏ ਧਿਆਨ ਰੱਖਣਾ ਚਾਹੀਦਾ ਅ ਲਿੰਟੇਰਨੋ ਦਲਾ ਸਟ੍ਰੈਟੋਆ ਸਟ੍ਰੈਟੋਆ ਜੇ ਸੱਤੰਗੀ ਹੋਂਡੀਆਂ ਠੀਕ ਹੈ ਇਸ ਨਿਸ਼ਾਨ ਨੂੰ ਜਿੱਥੇ ਤੁਹਾਨੂੰ ਜਿੱਥੇ ਤੁਹਾਨੂੰ ਨਿਸ਼ਾਨ ਮਿਲਦਾ ਪਿਆ ਜਿਹੜੀ ਸੜਕ ਤੇ ਮਿਲਦਾ ਪਿਆ ਜਿਵੇਂ ਉਹ ਨਿਸ਼ਾਨ ਨੂੰ ਤੁਸੀਂ ਪਾਰ ਕਰਕੇ ਆਪਣਾ ਸੜਕ ਦੇ ਉੱਤੇ ਚੱਲੇ ਹੋ ਸੈਂਸੋਨਿਕੋ ਜਿਹੜੀ ਸੜਕੇ ਉਹਦੇ ਚੱਲੇ ਹੋ ਉਹਦੇ ਜਦੋਂ ਜਾਣੇ ਪਿਆ ਤੁਹਾਨੂੰ ਧਿਆਨ ਰੱਖਣਾ ਕਿਉਂਕਿ ਤੁਹਾਡੀ ਗੱਡੀ ਚੋੜੀ ਆ ਤੇ ਦੂਸਰੀ ਗੱਡੀਆਂ ਵੱਲ ਵੀ ਦੇਖਣਾ ਤੁਸੀਂ ਠੀਕ ਹੈ ਸੋ ਐਵੇਰੋ ਅਗ ਪਰ ਪ੍ਰੀਮੋ ਪਰ ਕਿ ਐਸੇਂਡੋ ਅਲਾ ਗੁਇਦਾ ਦੀ ਉਨ ਵੇਕੋਲੋ ਇੰਗੋਬਰਾਤੇ ਆਲਾ ਪ੍ਰੇਸੀਡੈਂਜ਼ਾ ਸੋਈ ਵੇਕੋਲੀ ਦੀ ਮਾਸਾ ਮਿੰਨੋਰੇ ਡਰਾਈਵਰ ਇੱਕ ਆਉਟੋ ਟ੍ਰੇਨ ਹੁੰਦਾ ਠੀਕ ਹੈ ਆਉਟੋ ਟ੍ਰੇਨੋ ਮਤਲਬ ਜਿਹਦੇ ਪਿੱਛੇ ਇੱਕ ਹੋਲਡਰ ਲੱਗਾ ਹੁੰਦਾ ਇੱਕ ਹੋਰ ਮੋਰਖਿਓ ਲੱਗੀ ਹੁੰਦੀ ਆ ਉਹ ਅਪਰੋਚੇ ਇਧਰੇ ਮਤਲਬ ਕਿ ਉਹ ਨਿਕਲ ਸਕਦਾ ਪਰ ਪ੍ਰੀਮੋ ਪਹਿਲਾਂ ਕਿਉਂਕਿ ਐਸੇਂਡੋ ਵਾਲਾ ਗੁਇਦਾ ਦੀ ਉਨ ਵੇਕੋਲੋ ਇੰਗੋਬਰਾਤੇ ਕਿਉਂਕਿ ਤੁਹਾਡੀ ਗੱਡੀ ਚੋੜੀ ਆ ਵੱਡੀ ਆ ਆਲਾ ਪ੍ਰੇਸੀਡੈਂਸ ਆ ਤੁਹਾਡੇ ਕੋਲ ਪਹਿਲੇ ਸੂਈ ਵੇਕੋਲੀ ਗੱਡੀਆਂ ਤੇ ਦੀ ਮਾਸਾ ਮਿੰਨੋਰੇ ਜਿੰਨਾ ਦਾ ਸਾਈਜ਼ ਛੋਟੀ ਗੱਡੀਆਂ ਦੇ ਮੁਕਾਬਲੇ ਕਹਿੰਦਾ ਤੁਹਾਡੇ ਕੋਲ ਪਹਿਲਾ ਸੋ ਤੁਸੀਂ ਪਹਿਲਾਂ ਨਿਕਲ ਸਕਦੇ ਹੋ ਫਾਲਸੋ ਐਸਾ ਕੁਝ ਵੀ ਨਹੀਂ ਹੁੰਦਾ ਆਪਾਂ ਨੂੰ ਇਹ ਦੇਖਣਾ ਹੁੰਦਾ ਵੀ ਕਿਹਦੇ ਕੋਲ ਪਹਿਲਾ ਕਿਹਦੇ ਕੋਲ ਨਹੀਂ ਤੇ ਐਸੇ ਨੇਲ ਵਿੱਚ ਤੁਹਾਡੇ ਕੋਲ ਪਹਿਲੀ ਹੈਗੀ ਸਾਹਮਣੇ ਦਿਯਾਰੀ ਗੱਡੀ ਵੱਲ ਪਹਿਲੇ ਠੀਕ ਹੈ ਜੀ ਸੋ 71 ਕੰਪਲੀਟ 72 ਨੰਬਰ ਪੇਜ ਆਪਣਾ ਇੱਥੇ ਆ ਦ੍ਰੀਤੋ ਦੀ ਪ੍ਰੈਸੀਡੈਂਸ ਆ ਨਹੀਂ ਸੈਂਸੀ ਉਨੀਜੀ ਲਾਸਟ ਵਾਲਾ ਕੀ ਸੀ ਦਾਰੇ ਪ੍ਰੈਸੀਡੈਂਸ ਆ ਠੀਕ ਹੈ ਦਾਰੇ ਪ੍ਰੈਸੀਡੈਂਸ ਆ ਵੀ ਪਹਿਲ ਦੇਣਾ ਤੇ ਦ੍ਰੀਤੋ ਦੀ ਪ੍ਰੈਸੀਡੈਂਸ ਆ ਪਹਿਲ ਦਾ ਹੱਕ ਸੋ

ਵੀ ਇਸ ਗੱਲ ਤੇ ਧਿਆਨ ਰੱਖਣਾ ਚਾਹੀਦਾ ਸ਼ੋਰ ਕਰਨਾ ਚਾਹੀਦਾ ਕੋਨਮੋਲ ਤੋਂ ਪ੍ਰੂਦੈਂਸਾ ਬਹੁਤ ਜ਼ਿਆਦਾ ਸਾਵਧਾਨੀ ਨਾਲ ਕਿ ਵੇ ਕੋਲੀ ਪ੍ਰੋਵਿਨੈਂਟੀ ਦਲ sensoコントਰੀਓ ਦੂਸਰੀ ਸਾਈਡ ਤੋਂ ਆਉਣ ਵਾਲੀ ਗੱਡੀਆਂ ਤੇ ਸਿਆ ਨੂੰ ਦੀਸਪੋਸਟੀ ਵੀ ਉਹ ਤਿਆਰ ਹੋਣ ਆ ਦਾਰਲੀ ਲਾਪ੍ਰੇਚੈਂਸਾ ਤੁਹਾਨੂੰ ਪਹਿਲ ਦੇਣ ਲਈ ਉਹ ਤਿਆਰ ਹੋਣ ਐ ਨਾ ਹੋਵੇ ਕਿ ਤੁਹਾਡੇ ਕੋਲ ਪਹਿਲ ਦਾ ਹੱਕ ਹੈ ਇਹ ਨਿਸ਼ਾਨ ਨੂੰ ਦੇਖ ਕੇ ਤੁਸੀਂ ਸੋਚੋ ਵੀ ਤੁਹਾਡੇ ਕੋਲ ਪਹਿਲ ਦਾ ਹੱਕ ਹੈ ਮੈਂ ਸਿੱਧਾ ਨਿਕਲ ਜਾ ਕੋਈ ਚੱਕਰ ਨਹੀਂ ਪਰ ਤੁਹਾਨੂੰ ਇਹ ਵੀ ਧਿਆਨ ਰੱਖਣਾ ਪੈਣਾ ਕਿ ਦੂਸਰੇ ਪਾਸੇ ਜਿਹੜੀ ਗੱਡੀ ਹੈ ਜਿਹੜੀ ਲਾਲ ਪਾਸੇ ਜਿਹਦੇ ਵਾਲੇ ਪਾਸੇ ਇਹ ਵਾ ਦੂਸਰੇ ਵਾਲਾ ਨਿਸ਼ਾਨ ਲੱਗਾ ਉਹ ਤੁਹਾਨੂੰ ਪੈਲ ਦਵੇਗਾ ਕਿ ਨਹੀਂ ਇਹ ਵੀ ਤੁਹਾਨੂੰ ਸ਼ੋਰ ਕਰਨਾ ਪੈਣਾ ਐ ਨਹੀਂ ਕਿ ਵੀ ਸਿੱਧਾ ਨਿਕਲ ਗਏ ਠੀਕ ਹੈ ਜੀ ਸੋ ਹਮੇਸ਼ਾ ਸਾਵਧਾਨੀ ਵਰਤਣੀ ਆ ਸਿਦੇ ਵੇ ਅਚਿਲੇ ਰਾਰੇ Nella strettoia per liberare rapidamente il tratto a senso unico ਕਿ ਅੰਦਰ ਜਿੱਥੇ ਵੀ ਨਿਸ਼ਾਨ ਮਿਲ ਜੇ ਸਿਦੇ ਵੇ ਅਚਿਲੇ ਰਾਰੇ ਅਚਿਲੇ ਰਾਰੇ ਹੁੰਦਾ ਐ ਐਕਸਲਰੇਟ ਕਰਨਾ ਰੇਸ ਦੇਣਾ ਤੇਜ਼ ਹੋਣਾ Nella strettoia ਉਸ ਤੰਗੀ ਵਾਲੇ ਰੋਡ ਤੇ ਪੈਰ ਲਿਬਰਾਰੇ ਖਾਲੀ ਕਰਨਾ ਰਾਪਿਦਾਮੈਂਤੇ ਤੇਜ਼ੀ ਨਾਲ ਇਹ ਟਰੈਟੋ ਅ ਸੈਂਸੋਨਿਕੋ ਠੀਕ ਹੈ ਜੀ ਸੈਂਸੋਨਿਕੋ ਵਾਲੀ ਜਿਹੜੀ ਹਿੱਸਾ ਹੈ ਸੜਕ ਦਾ ਉਹਨੂੰ ਛੇਤੀ ਛੇਤੀ ਖਾਲੀ ਕਰਨ ਲਈ ਤੁਹਾਨੂੰ ਸਪੀਡ ਦੇਣੀ ਚਾਹੀਦੀ ਆ ਫਾਲਸੋ ਐਸੀ ਕੋਈ ਲੋਡ ਨਹੀਂ ਹੈਗੀ ਠੀਕ ਹੈ ਜੀ ਜੇ ਤੁਹਾਨੂੰ ਪਹਿਲ ਮਿਲੀ ਹੈ ਤਾਂ ਤੁਹਾਨੂੰ ਨਿਕਲਣਾ ਚਾਹੀਦਾ ਆ ਆਰਾਮ ਨਾਲ ਸੋ ਜੀ ਅੱਜ ਦੀ ਵੀਡੀਓ ਨੂੰ ਕਰਦੇ ਹਾਂ ਖਤਮ ਇੱਥੇ ਹੀ ਮਿਲਾਂਗੇ ਆਪ ਸਭ ਜੀ ਨੂੰ ਨੈਕਸਟ ਵੀਡੀਓ ਵਿੱਚ ਤੇ ਜਾਣ ਤੋਂ ਪਹਿਲਾਂ ਪਿਛਲੀ ਵੀਡੀਓ ਵਿੱਚ ਪੁੱਛਿਆ ਗਿਆ ਸਵਾਲ ਤੇ ਨਵਾਂ ਸਵਾਲ ਸੋ ਜੀ ਪਿਛਲੀ ਵੀਡੀਓ ਇਸਵਾਲ ਮੈਂ ਪੁੱਛਿਆ ਸੀ ਇਥੋਂ ਇਫੋਲੀ ਦੀ ਰਜਿਸਟ੍ਰਾਜ਼ਿਓਨ ਆ ਜਿਹੜੇ ਪੇਪਰ ਹੁੰਦੇ ਨੇ ਰਜਿਸਟਰ ਕਰਨ ਵਾਲੇ ਜਿਹੜੇ ਨੋਟ ਕਰਦੇ ਨੇ ਰਿਕਾਰਡ ਕਰਦੇ ਨੇ ਉਹ ਵਾਲੇ ਪੇਪਰ ਦੇ ਕਰੋਨਾ ਟੈਕੀਗ੍ਰਾਫੀ ਅਨਲੋਜੀ ਜੀ ਅਨਲੋਜੀ ਜੀ ਵਾਲੇ ਜਿਹੜੇ ਕਰੋਨਾ ਟੈਕੀਗ੍ਰਾਫ ਇਹਨਾਂ ਦੇ ਦੇਵਨ ਅਵੇਰੇ ਉਹਨਾਂ ਕਪੈਸਿਟੀ ਉਹਨਾਂ ਦੀ ਕਪੈਸਿਟੀ ਹੋਣੀ ਚਾਹੀਦੀ ਹੈ ਘੱਟੋ ਘੱਟ 24 ਘੰਟੇ ਦੀ 24 ਘੰਟੇ ਤੱਕ ਆਪਣਾ ਡਾਟਾ ਰਿਕਾਰਡ ਕਰਨ ਐਸ ਹੀ ਉਹਨਾਂ ਦੀ ਕਪੈਸਿਟੀ ਘੱਟੋ ਘੱਟ ਹੋਣੀ ਚਾਹੀਦੀ ਹੈ ਤੇ ਇਹਦੇ ਨਾਲ ਨਾਲ ਇੱਕ ਬੋਨਸ ਸਵਾਲ ਦਾ ਨੂੰ ਹੋਰ ਕਰਾ ਦੇਣਾ ਲੈ ਜੀਬਲੀ ਪਰ ਅਲਮੈਨੂ ਨਾ ਨੂੰ ਜਿਹੜਾ ਰਜਿਸਟਰ ਕਰੇਗਾ ਉਹ ਘੱਟੋ ਘੱਟ ਇੱਕ ਸਾਲ ਤੱਕ ਲਈ ਪੜਨ ਯੋਗ ਹੋਣਾ ਚਾਹੀਦਾ ਠੀਕ ਹੈ ਜਿਹਨੂੰ ਪੜਿਆ ਜਾ ਸਕੇ ਐਸਾ ਹੋਣਾ ਚਾਹੀਦਾ ਤੇ ਜਿਹੜਾ ਰਜਿਸਟਰ ਕਰਨਾ ਹੈ ਜਿਹਨੂੰ ਰਜਿਸਟਰ ਕਰਦਾ ਪਿਆ ਉਹਦੀ ਕਪੈਸਿਟੀ ਘੱਟੋ ਘੱਟ 1 ਦਿਨ ਦੀ ਹੋਣੀ ਚਾਹੀਦੀ 24 ਘੰਟੇ ਦੀ ਹੋਣੀ ਚਾਹੀਦੀ ਠੀਕ ਹੈ ਜੀ ਸੋ ਐਵੀਰੋ ਸੀ ਪਿਛਲੀ ਵੀਡੀਓ ਪੁੱਛਿਆ ਗਿਆ ਸਵਾਲ ਤੇ ਹੁਣ ਗੱਲ ਕਰਦੇ ਆ ਆਪਣੇ ਨਵੇਂ ਸਵਾਲ ਦੀ ਠੀਕ ਹੈ ਜੀ ਆਪਣੇ ਜਵਾਬ ਮੈਨੂੰ ਕਮੈਂਟਾਂ ਚ ਵੀਰੋ ਦੋ ਵੀ ਫਾਲਸੋ ਦਾ ਤੇ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨੁੱਪ ਲਿਓ ਤੇ ਉਮੀਦ ਕਰਨਾ ਜਿਹੜਾ ਅਸੀਂ ਵੀਡੀਓ ਲੈਕਚਰ ਬਣਾਣੇ ਪਏ ਤੁਹਾਨੂੰ ਸਾਰਿਆਂ ਨੂੰ ਬਹੁਤ ਜ਼ਿਆਦਾ ਪਸੰਦ ਆਉਂਦੇ ਹੋਣਗੇ ਜੇ ਪਸੰਦ ਆਣੇ ਨੇ ਤੇ ਲਾਈਕ ਤੇ ਜ਼ਰੂਰ ਕਰਕੇ ਜਾਇਓ ਬਿਨਾਂ ਲਾਈਕ ਤੇ ਸਰਨਾ ਨਹੀਂ ਸੋ ਚੰਗਾ ਜੀ ਮਿਲਾਂ ਕਿਸੇ ਹੋਰ ਵੀਡੀਓ ਵਿੱਚ ਤਦ ਤੱਕ ਲਈ ਰੱਬ ਰਾਖਾ